ਸਾਈਬਰ ਕ੍ਰਾਈਮ ਦੇ ਕੋਲ ਐਪਲੀਕੇਸ਼ਨ ਦਿੱਤੀ ਠੀਕ ਹੈ ਜੀ ਕੋਈ ਉਹਨਾਂ ਦਾ ਸਰਵਰ ਨਹੀਂ ਚੱਲ ਰਿਹਾ ਠੀਕ ਹੈ ਮਨੋ ਆਪਣਾ ਬੇਸਿਕ ਅਰਜ਼ੀ ਲਗਾਈ ਸੀ ਕਿ ਤੁਸੀਂ ਜਿਹੜੇ ਮੈਂ ਅਕਾਊਂਟ ਪਾਏ ਨੇ ਉਹਨਾਂ ਦੇ ਕੋਲ ਉਹ ਫਿਰ ਵੈਰੀਫਾਈ ਕਰਕੇ ਕਾਊਂਟ ਦਾ ਤਾਂ ਪਤਾ ਲੱਗੇ ਕਿਸ ਨਾਮ ਤੇ ਹੈ ਉਹਦੇ ਚ ਆਧਾਰ ਕਾਰਡ ਪੈਨ ਕਾਰਡ ਤੋਂ ਮੋਬਾਈਲ ਨੰਬਰ ਰਿਸਟਰਡ ਤੋਂ ਬਿਨਾਂ ਕੋਈ ਅਕਾਊਂਟ ਹੀ ਨਹੀਂ ਓਪਨ ਹੁੰਦਾ ਕੋਈ ਨਹੀਂ ਜੀ ਦੇਖਦੇ ਆ ਇਦਾਂ ਪੈਸੇ ਮਿਲ ਨਹੀਂ ਸਕਦੇ ਮਿਲ ਨਹੀਂ ਸਕਦੇ ਮੈਂ ਲੇਕਿਨ ਮੈਂ ਆਪਣੇ ਸੋਰਸਿਸ ਦੇ ਨਾਲ ਆਪਣੇ ਪੈਸੇ ਰਿਕਵਰ ਕਰਾਏ ਕਿਵੇਂ ਰਿਕਵਰ ਕੀਤੇ ਨੇ ਇਹ ਸਟਾਰਟਿੰਗ ਕਿਵੇਂ ਹੁੰਦੀ ਹੈ ਮਾਈਂਡ ਦੇ ਵਿੱਚ ਕਿਵੇਂ ਤੁਸੀਂ ਪਲਾਨ ਕਰਦੇ ਹੋ ਕਿ ਜਿਵੇਂ ਉਹਨਾਂ ਨੇ ਮੇਤੋਂ ਪੈਸੇ ਲਏ ਆ ਮੈਂ ਉਹਨਾਂ ਤੋਂ ਵਾਪਸ ਕਢਵਾਣੇ ਨੇ ਮੈਂ ਆਪਣੇ ਸੋਰਸਿਸ ਦੇ ਨਾਲ ਠੀਕ ਹੈ ਜੀ ਉਹਦਾ ਮੋਬਾਈਲ ਨੰਬਰ ਕਢਵਾ ਲਿਆ ਸੀ ਮੋਬਾਈਲ ਨੰਬਰ ਤੋਂ ਮੈਨੂੰ ਕਰਦੇ ਕਰਾਂਦੇ ਕਰਦੇ ਕਰਾਂਦੇ ਪਤਾ ਲੱਗਿਆ ਉਹ ਬੰਦਾ ਦਿੱਲੀ ਦਾ ਸਾਰੀ ਡਿਟੇਲ ਕਢਵਾਣੀ ਸਾਰੀ ਡਿਟੇਲ ਮੈਂ ਆਪਣੇ ਵੇਬ ਤੇ ਕਢਵਾ ਲਈ ਹੱਦ ਪਾਰ ਹੋ ਗਈ ਸੀ ਟਾਲਮਟੋਲ ਦੀ ਫਿਰ ਉਹਨਾਂ ਨੇ ਕਿਹਾ ਮੈਂ ਕਿਹਾ ਮੈਂ ਭਈਆ ਪਰਚਾ ਦਰਜ ਕਰਵਾਉਣ ਲੱਗਿਆ ਮੇਰੇ ਕੋਲ ਹੋਰ ਕੋਈ ਹੱਲ ਨਹੀਂ ਮੈਡਮ ਪ੍ਰਸ਼ਾਸਨ ਦੇ ਕੋਲ ਸਿਰਫ ਹੱਥ ਜੋੜ ਕੇ ਇੱਕ ਬੇਨਤੀ ਇਹ ਹੈ ਕਿ ਬੈਂਕ ਮਾਧਿਅਮ ਦੇ ਕੋਲ ਵੀ ਇੱਕ ਬੇਨਤੀ ਹੈ ਕਿ ਜਦੋਂ ਕੋਈ ਵੀ ਠੱਗੀ ਦਾ ਸ਼ਿਕਾਰ ਹੋਵੇ ਬਿਨਾਂ ਦੇਖੇ ਜਿਹਦੇ ਅਕਾਊਂਟਸ ਪੈਸੇ ਗਏ ਨੇ ਉਹਦਾ ਕੌਣ ਸੀਜ਼ ਕੀਤਾ ਜਾਵੇ ਬਿਨਾਂ ਕੌਣ ਸੀਜ਼ ਕੀਤੇ ਆਪਸ਼ਨ ਨਹੀਂ ਹੈਗੀ ਮਤਲਬ ਪਿੱਛਾ ਨਾ ਛੱਡੋ ਤਾਂ ਪੈਸੇ ਵਾਪਸ ਆਣਗੇ ਜੇ ਤੁਸੀਂ ਪਿੱਛਾ ਛੱਡਤਾ ਤਾਂ ਪੈਸੇ ਨਹੀਂ ਤੁਹਾਡੇ ਵਾਪਸ ਆਣਗੇ ਸਸ਼ੀਕਾਲ ਤੋਂ ਮੈਂ ਪ੍ਰਿਆੰਕਾ ਤੁਸ ਦੇਖ ਰਿਹਾ ਲੁਧਿਆਣਾ ਲਾਈਵ ਬੀਤੇ ਦਿਨੀ ਲੁਧਿਆਣਾ ਲਾਈਫ ਤੇ ਖਬਰ ਨਸ਼ਰ ਕੀਤੀ ਜਾਂਦੀ ਹੈ ਜਿੱਥੇ ਕਿ ਇੱਕ ਫੈਕਟਰੀ ਦੇ ਮਾਲਕ ਦੇ ਵੱਲੋਂ ਇੰਸ਼ੋਰੈਂਸ ਦੇ ਨਾਂ ਤੇ 26000 ਰੁਪਏ ਠਾਗਲੇਤੇ ਜਾਂਦੇ ਨੇ ਦੱਸਦੇ ਕਿ ਉਸ ਫੈਕਟਰੀ ਦੇ ਮਾਲਕ ਜਿਨ੍ਹਾਂ ਦਾ ਨਾਮ 모히ਤ ਹੈ ਉਹਨਾਂ ਦੇ ਵੱਲੋਂ ਉਹ 26000 ਰੁਪਏ ਇਸ ਫਰਾਡੀਏ ਤੋਂ ਖੁਦ ਨਿਕਲਵਾ ਲਏ ਗਏ ਅਤੇ 모히ਤ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਸਾਈਬਰ ਕ੍ਰਾਈਮ ਲੁਧਿਆਣਾ ਨੇ ਜਾਂ ਪ੍ਰਸ਼ਾਸਨ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਕਿ ਅਜੇ ਤੱਕ ਦੇ ਵਿੱਚ ਫਰਾਡੀ ਨੂੰ ਫੜਿਆ ਜਾਂ ਸਕੇ ਸੋ ਮੋਹਿਦ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਉਹਨਾਂ ਨੇ ਆਪਣੇ ਫਰਾਡ ਹੋਣ ਤੋਂ ਬਾਅਦ ਪੈਸੇ ਵਾਪਸ ਕਿੱਦਾਂ ਪਾਏ ਨੇ ਜੀ ਨਮਸਕਾਰ ਸਸ਼ਿਕਾ ਸਸ਼ਿਕਾ ਕੀ ਹੁੰਦਾ ਮੋਹਿ ਜੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜਾ ਫਰਾਡ ਹੁੰਦਾ ਇਹ ਮੈਨੂੰ ਲੱਗਦਾ ਸਤੰਬਰ ਦੀ ਗੱਲ ਹੈ ਕਿੰਨੇ ਸਤੰਬਰ ਨੂੰ ਫਰਾਡ ਹੁੰਦਾ ਤੇ ਇੰਸ਼ੋਰੈਂਸ ਦੇ ਨਾਮ ਤੇ ਪੈਸੇ ਠੱਗੇ ਗਏ ਸੀ ਤੁਹਾਡੇ ਕੋਲ ਮੈਡਮ 21 ਸਤੰਬਰ ਦੀ ਗੱਲ ਸੀਗੀ ਜਦੋਂ ਮੇਰੇ ਕੋਲ ਫਰਾਡ ਹੋਇਆ ਸੀਗਾ ਮੈਂ 22 ਸਤੰਬਰ ਨੂੰ ਪ੍ਰੈਸ ਕਾਨਫਰੰਸ ਤੁਹਾਡੇ ਮਾਧਿਅਮ ਨਾਲ ਕੀਤੀ ਸੀਗੀ ਕਿ ਅਦਾਦਾ ਕਰਕੇ ਸਾਈਬਰ ਕ੍ਰਾਈਮ ਦੇ ਕੋਲ ਅਪਲੀਕੇਸ਼ਨ ਦਿੱਤੀ ਠੀਕ ਹੈ ਜੀ ਕੋਈ ਉਹਨ ਠੀਕ ਮਨਨੋਂ ਆਪਣੇ ਬੇਵਿੱਚ ਇੱਕ ਅਰਜ਼ੀ ਲਗਾਈ ਸੀਗੀ ਕਿ ਤੁਸੀਂ ਜਿਹੜਾ ਮੈਂ ਅਕਾਊਂਟ ਚ ਪਾਏ ਨੇ ਉਹਨਾਂ ਦੇ ਕੋਲੋਂ ਫਿਰ ਵੀ ਵੈਰੀਫਾਈ ਕਰਕੇ ਅਕਾਊਂਟ ਦਾ ਤਾਂ ਪਤਾ ਲੱਗੇ ਕਿਸ ਨਾਮ ਤੇ ਐ ਉਹਦੇ ਚ ਆਧਾਰ ਕਾਰਡ ਪੈਨ ਕਾਰਡ ਤੋਂ ਮੋਬਾਈਲ ਨੰਬਰ ਰਜਿਸਟਰ ਤੋਂ ਬਿਨਾਂ ਤਾਂ ਕੋਈ ਅਕਾਊਂਟ ਹੀ ਨਹੀਂ ਓਪਨ ਹੁੰਦਾ ਜੀ ਕੋਈ ਨਹੀਂ ਜੀ ਦੇਖਦੇ ਆ ਇਦਾਂ ਪੈਸੇ ਮਿਲ ਨਹੀਂ ਸਕਦੇ ਮਿਲ ਨਹੀਂ ਸਕਦੇ ਮਿਲ ਨਹੀਂ ਸਕਦੇ ਮਤਲਬ ਤੁਸੀਂ ਜਦੋਂ ਸਾਈਬਰ ਕ੍ਰਾਈਮ ਲੁਧਿਆਣਾ ਦੇ ਵਿੱਚ ਜਾਂਦੇ ਹੋ ਤਾਂ ਪ੍ਰਸ਼ਾਸਨ ਵੱਲੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਵਾਪਸ ਚਲੇ ਜਾਓ ਜਾਂ ਭੁੱਲ ਜਾਓ ਪੈਸਿਆਂ ਨੂੰ ਅਜਿਹਾ ਮੈਡਮ ਇਦਾਂ ਹੀ ਸੀਗਾ ਕਿ ਪੈਸੇ ਹੁਣ ਵਾਪਸ ਤਾਂ ਨਹੀਂ ਜਿਹੜੇ ਇੱਕ ਵਾਰ ਚ ਹੀ ਚਲੀ ਗਈ ਉਹ ਆਪਾਂ ਨੂੰ ਵੀ ਪਤਾ ਇੱਕ ਵਾਰ ਪੈਸੇ ਦੀ ਚਲੀ ਗਈ ਕਦੇ ਵਾਪਸ ਨਹੀਂ ਆਉਂਦੀ ਲੇਕਿਨ ਮੈਂ ਆਪਣੇ ਸੋਰਸਸ ਦੇ ਨਾਲ ਆਪਣੇ ਪੈਸੇ ਰਿਕਵਰ ਕਰਾਏ ਠੀਕ ਹੈ ਜੀ ਜੇ ਇਹ ਹੀ ਪ੍ਰਸ਼ਾਸਨ ਜੇ ਚੰਦਾ ਅੱਜ ਮੈਨੂੰ 1 ਮਹੀਨੇ ਬਾਅਦ ਪੈਸੇ ਮਿਲੇ ਕਿਉਂਕਿ ਮੇਰੇ ਮਦਰ ਬਿਮਾਰ ਸੀ ਫਾਦਰ ਬਿਮਾਰ ਸੀ ਤਾਂ ਮੈਂ ਤਾਂ ਉਹ ਤੋਂ ਤੁਹਾਨੂੰ ਕਹਾਂ ਇਸ ਮੈਂ 1 ਹਫਤਾ ਤੁਹਾਨੂੰ ਰਿਕਵਰ ਕਰਕੇ ਦਿਖਾਉਂਗਾ ਜੀ ਠੀਕ ਹੈ ਜੀ ਮੈਂ ਇੱਕ ਮਹੀਨੇ ਚ ਰਿਕਵਰ ਕਰਕੇ ਦਿਖਾ ਲੇ ਜੀ ਕਿਵੇਂ ਰਿਕਵਰ ਕੀਤੇ ਨੇ ਇਹ ਸਟਾਰਟਿੰਗ ਕਿਵੇਂ ਹੁੰਦੀ ਆ ਮਾਈਂਡ ਦੇ ਵਿੱਚ ਕਿਵੇਂ ਤੁਸੀਂ ਪਲਾਨ ਕਰਦੇ ਹੋ ਕਿ ਜਿਵੇਂ ਉਹਨਾਂ ਨੇ ਮੇਰੇ ਤੋਂ ਪੈਸੇ ਲਏ ਆ ਮੈਂ ਉਹਨਾਂ ਤੋਂ ਵਾਪਸ ਕਢਵਾਣੇ ਨੇ ਮੈਡਮ ਮੈਂ ਸਾਈਬਰ ਕਰਾਇਮ ਇੱਕੋ ਚੀਜ਼ ਕਹੀ ਸੀ ਤੁਸੀਂ ਅਕਾਊਂਟ ਦੇ ਵਿੱਚੋਂ ਚੈੱਕ ਤਾਂ ਕਰੋ ਆਧਾਰ ਕਾਰਡ ਪੈਨ ਕਾਰਡ ਕਿਸ ਨਾਮ ਤੇ ਆ ਮੈਂ ਕਿਹਾ ਮੈਡਮ ਜੇ ਮੈਂ ਵੀ ਅਕਾਊਂਟ ਆਪਣਾ ਨਾਮ ਆ ਓਪਨ ਕਰਵਾਮਾ ਆਧਾਰ ਕਾਰਡ ਪੈਨ ਕਾਰਡ ਹਰ ਜਗ੍ਹਾ ਲੱਗਦਾ ਉਹ ਬੰਦੇ ਦਾ ਆਧਾਰ ਕਾਰਡ ਪੈਨ ਕਾਰਡ ਲੱਗੇ ਬਿਨਾਂ ਹੀ ਅਕਾਊਂਟ ਓਪਨ ਹੋ ਗਿਆਊਗਾ ਮੈਂ ਆਪਣੇ ਸੋਰਸਸ ਦੇ ਨਾਲ ਠੀਕ ਹੈ ਜੀ ਉਹਦਾ ਮੋ ਮੋਬਾਈਲ ਨੰਬਰ ਤੋਂ ਮੈਨੂੰ ਕਰਦੇ ਕਰਾंदे ਕਰਦੇ ਕਰਾंदे ਪਤਾ ਲੱਗਿਆ ਉਹ ਬੰਦਾ ਦਿੱਲੀ ਦਾ ਜੀ ਸਾਰੀ ਡਿਟੇਲ ਘੜਵਾ ਲਈ ਸਾਰੀ ਡਿਟੇਲ ਮੈਂ ਆਪਣੇ ਬਹਿਵ ਚ ਘੜਵਾ ਲਈ ਠੀਕ ਹੈ ਜੀ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਠੀਕ ਹੈ ਜੀ ਮੇਰੇ ਕੋ ਆ ਸਾਰੇ ਪ੍ਰੂਫ ਨੇ ਮੇਰੀ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਹੋਈ ਹੈ ਜੀ ਮੇਰੇ ਕਾ ਲਾਸਟ ਸ਼ਾਇਦ 23 24 ਤਰੀਕ ਨੂੰ ਉਹਨਾਂ ਨਾਲ ਗੱਲ ਹੋਣੀ ਸ਼ੁਰੂ ਅਕਤੂਬਰ ਨੂੰ ਜਾਂ ਮੈਡਮ ਸਤੰਬਰ ਨੂੰ ਤੁਸੀਂ ਸਤੰਬਰ 22 ਨੂੰ ਤਾਂ ਰਿਪੋਰਟ ਦਰਜ ਕਰਵਾਣੇ ਹੋ ਸਾਈਬਰ ਕ੍ਰਾਈਮ ਦੇ ਵਿੱਚ ਉਸ ਤੋਂ ਬਾਅਦ ਗੱਲ ਕਿੰਨੇ ਟਾਈਮ ਬਾਅਦ ਹੁੰਦੀ ਹੈ ਮੈਡਮ ਮੇਰੀ ਸਹੀ 24 ਤਰੀਕ ਨੂੰ ਉਹਨਾਂ ਨਾਲ ਗੱਲ ਹੋਣੀ ਸ਼ੁਰੂ ਹੋ ਗਈ ਸੀ ਜੀ ਤੇ ਉਹ ਕੀ ਕਿਹਾ ਤੁਸੀਂ ਗੱਲਬਾਤ ਦੇ ਵਿੱਚ 25 ਸਤੰਬਰ ਨੂੰ ਜੀ 25 ਸਤੰਬਰ ਨੂੰ ਗੱਲਬਾਤ ਹੁੰਦੀ ਆ ਤੁਸੀਂ ਉਹਨਾਂ ਨੂੰ ਲਿਖਿਆ ਮੋਹਨ ਜੀ ਉਹਨਾਂ ਨੇ ਲਿਖਿਆ ਯੈਸ ਮੋਹੀ ਜੀ ਭੇਜ ਦੋ ਭਾਈ ਮਤਲਬ ਉਹਨਾਂ ਨੇ ਇਹ ਲਿਖਿਆ ਕਿ ਭੇਜ ਦੋ ਭਾਈ ਮੈਡਮ ਉਹਨਾਂ ਨੂੰ ਮੈਂ ਉਹਨਾਂ ਦਾ ਅਕਾਊਂਟ ਨੰਬਰ ਭੇਜਿਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਮੈਂ ਇਹ ਡਿਟੇਲ ਪਾਈ ਆ ਐਨੇ ਪੈਸੇ ਪਾਏ ਨੇ ਠੀਕ ਹੈ ਜੀ ਪਹਿਲਾਂ ਤਾਂ ਮੰਨਣ ਦੇ ਨਹੀਂ ਆ ਰਿਹਾ ਸੀ ਨਹੀਂ ਪਏ ਜੀ ਜਦੋਂ ਮੰਨਣ ਦੇ ਨਹੀਂ ਆਇਆ ਉਹਨੂੰ ਸਾਰਾ ਕੁਝ ਵਿਦ ਪ੍ਰੂਫ ਕੀਤਾ ਠੀਕ ਹੈ ਜੀ ਉਹ ਕਹਿੰਦਾ ਮੇਰਾ ਮਤਲਬ ਮੈਂ ਚੈੱਕ ਕਰਦਾ ਬੈਂਕ ਜਾ ਕੇ ਬੈਂਕ ਜਾ ਕੇ ਚੈੱਕ ਕਰਦਾ ਉਹਨੇ ਬੈਂਕ ਜਾ ਕੇ ਚੈੱਕ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਕਹਿੰਦਾ ਹਾਂਜੀ ਭਈਆ ਮੇਰੇ ਅਕਾਊਂਟ ਚ ਆਏ ਆ ਮੈਨੂੰ ਨਹੀਂ ਪਤਾ ਕਿੱਥੋਂ ਆਏ ਤੇ ਕਿੱਥੇ ਗਏ ਜੀ ਮੇਰਾ ਤਾਂ 26000 ਆ ਮੈਨੂੰ ਕੋਈ ਦਿੱਕਤ ਨਹੀਂ ਉਹਦੇ ਕਾਊਂਟ ਵਿੱਚ 90000 ਰੁਪਏ ਆਇਆ ਹੋਇਆ ਜੀ ਤੁਹਾਨੂੰ ਕਿੱਦਾਂ ਪਤਾ ਅਕਾਊਂਟ 'ਚ 90000 ਰੁਪਏ ਉਹਨੇ ਖੁਦ ਸਟੇਟਮੈਂਟ ਆਪਣੇ ਸਟੇਟਮੈਂਟ ਭੇਜੀ ਆ ਅੱਛਾ ਉਹਨੇ ਆਪਣੇ ਸਟੇਟਮੈਂਟ ਭੇਜੀ ਹੈ ਮੈਂ ਕਹਾ ਭਈਆ ਮੈਂ ਤਾਂ 26000 ਕੇ ਲੀਏ ਰੋ ਰਹਾ ਹਾਂ ਆਪਕੇ ਅਕਾਊਂਟ ਮੇਂ ਤਾਂ 90000 ਕਹਾਂ ਸ ਠੀਕ ਹੈ ਜੀ ਮੂਜੇ ਮੇਰਾ 26 ਮਿਲ ਗਏ ਜੀ ਠੀਕ ਹੈ ਜੀ ਮੂਜੇ ਕੋਈ ਦਿੱਕਤ ਨਹੀਂ ਹੈ ਲੇਕਿਨ ਉਹ ਜੋ 90000 ਆਇਆ ਉਹ ਕਹਾਂ ਸੇ ਆਇਆ ਜੀ ਚਲੋ ਮੈਨੇ ਆਪਣੇ ਕਰਸਾ ਰਿਕਵਰ ਕਰ ਲਈਏ ਮੇਰੀ ਤਰ੍ਹਾਂ ਔਰ ਕਿਤਨੇ ਫਰੋਡ ਹੋਏ ਹੋਗੇ ਤੁਹਾਨੂੰ ਲੱਗਦਾ ਕਿ ਜਿਨੇ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਕਢਵਾਏ ਸਨ ਨੀ ਜਿਨੇ ਫੋਨ ਕਰਕੇ ਤੁਹਾਡੇ ਨਾਲ ਫਰੋਡ ਕੀਤਾ ਸੀ ਫੋਨ ਤੇ ਜਿਹਨਾਂ ਉਸੇ ਗੱਲਬਾਤ ਹੁਣ ਕਰ ਰਹੇ ਹੋ ਉਹੀ ਬੰਦਾ ਸੀਗਾ ਮੈਡਮ ਉਹੀ ਸੀਗਾ ਮੈਨੂੰ ਆਹ ਦੱਸੋ ਜਦੋਂ ਉਹਦੇ ਹੱਥ ਗਲੇ ਤੱਕ ਮੈਂ ਹੱਥ ਪਾ ਲਿਆ ਉਹਨੇ ਮੈਨੂੰ ਪੈਸੇ ਦੇ ਦਿੱਤੇ ਜੀ ਠੀਕ ਹੈ ਜੀ ਇਦਾਂ ਮੇਰੇ ਵਾਂਗੂ ਕੋਈ ਨਹੀਂ ਪੰਦਾ ਹੁੰਦਾ ਬੰਦਾ ਕਹਿੰਦਾ ਛੱਡ ਦੋ ਯਾਰ ਮਿੱਟੀ ਹੋ ਗਏ ਮਿੱਟੀ ਹੋ ਗਏ ਜੇ ਮਤਲਬ ਮੈਨੂੰ ਸੀਗਾ ਹਾਂ ਵੀ ਮੇਰੇ ਹੱਕ ਦੇ ਪੈਸੇ ਸੀ ਮੈਨੂੰ ਤਾਂ ਮਿਲੇ ਜੀ ਨਹੀਂ ਉਸ ਤੋਂ ਬਾਅਦ ਜਦ ਤੁਸੀਂ ਡਿਟੇਲ ਕਢਵਾ ਲੈਨੇ ਹੋ ਰਿਕੁਐਸਟ ਕੀਤੀ ਜਾਂਦੀ ਕਿ ਮੇਰੇ ਪਾ ਪੈਸੇ ਮੈਨੂੰ ਵਾਪਸ ਦੇ ਦਿਓ ਮੈਡਮ ਉਹਨੂੰ ਮੈਂ ਬਥੇਰੀ ਵਾਰ ਰਿਕੁਐਸਟ ਕੀਤੀ ਉਹ ਕਹਿੰਦਾ ਪਹਿਲਾਂ ਮੈਂ ਚੈੱਕ ਕਰਦਾ ਹਾਂ ਚੈੱਕ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਉਹਦਾ ਏਟੀਐਮ ਤੋਂ ਵਿਡਰੋ ਹੋਏ ਹੋਏ ਸੀਗੇ ਫਿਰ ਉਹ ਮੰਨਣ ਦੇ ਨਹੀਂ ਆਇਆ ਕਿ ਹਾਂਜੀ ਭਈਆ ਤੁਹਾਡੇ ਪੈਸੇ ਨਹੀਂ ਹੈ ਉਹ ਫਿਰ ਮੈਂ ਕਹਾ एटीएम ਤੋਂ ਵਿਡਰਾਓ ਹੋਇਆ ਨਹੀਂ ਜੀ ਠੀਕ ਹੈ ਜੀ एटीएम ਤੋਂ ਵਿਡਰਾਓ ਹੋਇਆ ਮਤਲਬ ਕ੍ਰਾਈਮ ਤਾਂ ਨਹੀਂ ਹੋ ਸਕਦਾ ਉਹਦੇ ਅਕਾਊਂਟ ਚੋਂ ਠੀਕ ਹੈ ਜੀ ਉਹਦੇ एटीएम ਦਾ ਵਿਡਰਾਓ ਹੋਇਆ ਸੀਗੇ ਉਸ ਕਰਕੇ ਠੀਕ ਹੈ ਜੀ एटीएम ਦੀ ਵਿਡਰਾਓ ਉਹਨੂੰ ਦਿਖਾਈ ਉਹ ਕਹਿੰਦਾ ਮੈਂ ਫਿਰ ਵੀ ਇੱਕ ਵਾਰ ਆਪਣੇ ਬਹਿਫਤਰ ਦੁਬਾਰਾ ਚੈੱਕ ਕਰਦਾ ਹਾਂ ਉਸ ਰਿਕਾਰਡਿੰਗ ਮੇਰੇ ਫਾਦਰ ਸਾਹਿਬ ਬਿਮਾਰ ਹੋ ਗਏ ਸੀ 15 ਦਿਨ ਇਦਾਂ ਹੀ ਬੀਤ ਗਏ 15 ਦਿਨ ਬੀਤਣ ਤੋਂ ਬਾਅਦ ਉਹ ਕਹਿੰਦਾ ਹਾਂਜੀ ਭਈਆ ਮੇਰਾ ਫਰੈਂਡ ਹੈ ਉਹਨੇ ਅੱਗੇ ਮੇਰਾ एटीएम ਉਹ ਯੂਜ਼ ਕਰ ਰਿਹਾ ਜੀ ਠੀਕ ਹੈ ਜੀ एटीएम ਉਹ ਯੂਜ਼ ਕਰ ਰਿਹਾ ਮਤਲਬ ਪੈਸੇ ਤਾਂ ਨਾ ਵਿਡਰਾਓ ਕੀਤੇ ਸੀਗੇ ਜੀ ਠੀਕ ਹੈ ਜੀ ਉਹਦੇ ਏਟੀਐਮ ਤੋਂ ਵਿਡਰੋ ਹੋਏ ਸੀਗੇ ਇਸ ਕਰਕੇ ਉਹਨੇ ਮੈਨੂੰ ਪੈਸੇ ਰਿਫੰਡ ਦਿੱਤੇ ਉਹਦੇ ਕੋਲ ਵੀ ਇੱਕ ਵਾਰ ਮੈਂ ਆਪਣਾ ਬੰਦਾ ਭੇਜਿਆ ਦਿੱਲੀ ਦੀ ਕੋਈ ਕੋਈ ਤੁਹਾਡੇ ਵੱਲੋਂ ਡਰਾਇਆ ਧਮਕਾਇਆ ਗਿਆ ਕੋਈ ਪਰਚਾ ਦੇਣ ਦੀ ਧਮਕੀ ਉਹਨੂੰ ਦਿੱਤੀ ਗਈ ਮੈਡਮ ਲਾਸਟ ਉਹਨੇ ਮੈਨੂੰ ਇਹੀ ਕਿਹਾ ਕਿ ਭਈਆ ਤੁਹਾਡੇ ਪੈਸੇ ਆਏ ਨੇ ਮੈਂ ਤੁਹਾਨੂੰ ਦੇ ਰਿਹਾ 15 ਦਿਨ ਬੀਤਣ ਤੋਂ ਬਾਅਦ ਉਹ ਕਹਿ ਰਿਹਾ ਕਿ ਭਈਆ ਹਲੇ ਹੋ ਨਹੀਂ ਰਹੇ ਮੇਰੇ ਕੋਲ ਤੁਹਾਡੇ ਪੈਸੇ ਹੈਗੇ ਨਹੀਂ ਮੇਰੇ ਕੋਲ ਉਸ ਚੀਜ਼ ਦੀ ਚੈਟ ਪਈ ਹੈ ਠੀਕ ਹੈ ਜੀ ਜਦੋਂ ਉਹਨੇ ਮੈਨੂੰ ਇੱਕ ਲਾਸਟ ਵੀਕ ਮੇਰੇ ਨਾਲ ਗੱਲ ਹੋਈ ਉਸ ਤੋਂ ਬਾਅਦ ਉਹ ਕਹਿ ਰਿਹਾ ਕਿ ਭਈਆ ਮਤਲਬ ਟਾਈਮ ਲੱਗੂ ਟਾਈਮ ਲੱਗੂ ਫਿਰ ਉਹਨਾਂ ਨੇ ਕਿਹਾ ਮੈਂ ਕਿਹਾ ਭਈਆ ਮੈਂ ਤੁਹਾਡੇ ਨਾਲ ਰਿਕੁਐਸਟ ਕਰ ਰਿਹਾ ਕਿ ਪੈਸੇ ਵਾਪਸ ਕਰੋ ਵਾਪਸ ਕਰੋ ਤੁਸੀਂ ਨਹੀਂ ਦੇ ਰਹੇ ਹੁਣ ਮੈਂ ਕੰਪਲੀਟ ਫਾਈਲ ਕਰ ਰਿਹਾ ਜੀ ਮਤਲਬ ਉਹ ਟਾਲ ਮਟੋਲ ਕਰਕੇ ਟਾਲਿਆ ਜਾ ਰਿਹਾ ਸੀ ਤੁਹਾਨੂੰ ਕਿ ਪੈਸੇ ਨਾ ਦਵਾ ਨਾ ਦਵਾ ਨਾ ਦਵਾ ਪਰ ਬੰਦੇ ਤੱਕ ਤੁਸੀਂ ਪਹੁੰਚ ਕਰ ਲਈ ਸੀ ਉਹਦੇ ਡਿਟੇਲ ਗੜਵਾ ਕੇ ਮੈਡਮ ਜਦੋਂ ਤੁਸੀਂ ਉਹਨੂੰ ਪਰਚੇ ਦੀ ਧਮਕੀ ਦਿਨੇ ਹੋ ਉਸ ਤੋਂ ਬਾਅਦ ਉਹ ਤੁਹਾਨੂੰ ਪੈਸੇ ਵਾਪਸ ਪਾ ਦੇ ਮੈਡਮ ਪਰਚੇ ਦੀ ਡਿਟੇਲ ਉਹਨੂੰ ਇਸ ਕਰਕੇ ਦਿੱਤੀ ਸੀਗੀ ਸਿੱਧਾ ਹਿਸਾਬ ਹੈ ਮੈਂ ਤਾਂ ਮਹੀਨਾ ਬੀਤ ਗਿਆ ਮੈਂ ਤਾਂ ਠੀਕ ਹੈ ਜੀ ਜਦੋਂ ਪ੍ਰਸ਼ਾਸਨ ਪਰਚਾ ਨਹੀਂ ਦਰਜ ਕੀਤਾ ਉਹਨਾਂ ਦਾ ਸਰਵਰ ਹੀ ਨਹੀਂ ਚੱਲ ਰਿਹਾ ਪਰਚਾ ਕਿੱਥੋਂ ਦਰਜ ਕਰਨਾ ਚੋਂਗੀ ਤਾਂ ਪਰਚਾ ਦਰਜ ਹੋਣਾ ਨਹੀਂ ਸੀਗਾ ਠੀਕ ਹੈ ਜੀ ਹੋਣਾ ਸਾਈਬਰ ਕ੍ਰਾਈਮ ਚ ਸੀ ਸਾਈਬਰ ਕ੍ਰਾਈਮ ਦਾ ਸਰਵਰ ਹੀ ਨਹੀਂ ਚੱਲ ਰਿਹਾ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਨਹੀਂ ਲੱਗਦਾ ਕਿ ਲੋਕ ਕਹਿੰਦੇ ਨੇ ਬਹੁਤ ਵੱਡੇ ਗਿਰੋਹ ਹੁੰਦੇ ਨੇ ਇਹ ਜਿਹੜੇ ਪੈਸੇ ਲੈਂਦੇ ਨੇ ਵੱਡੇ ਵੱਡੇ ਗਿਰੋਹ ਬੈਠੇ ਹੋਏ ਨੇ ਇਹ ਲੋਕਾਂ ਤੋਂ ਇਸ ਤਰ੍ਹਾਂ ਠੱਗਦੇ ਨੇ ਕਿਤੇ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ ਮੈਡਮ ਮੇਰੇ ਆਪਣੇ ਪੈਸੇ ਸੀਗੇ ਮੇਰੇ ਹੱਕ ਦੀ ਮਿਹਨਤ ਸੀਗੀ ਜੇ ਨੁਕਸਾਨ ਕਰ ਵੀ ਦਿੰਦੇ ਬਦੂਆਦ ਕੀ ਹੁੰਦਾ ਇੱਕ ਨਾ ਇੱਕ ਦਿਨ ਮਰਨਾ ਹੀ ਹੈ ਮੈਂ ਤਾਂ ਉਸ ਦਿਨ ਵੀ ਲਾਸਟ ਤੁਹਾਨੂੰ ਬਾਈਡ ਦਿੱਤੇ ਤੁਹਾਨੂੰ ਮੈਂ ਕਹਿੰਦਾ ਮੈਂ ਇੱਕ ਹਫਤੇ ਬਾਅਦ ਲੈ ਕੇ ਦਿਖਾਉਂਗਾ ਠੀਕ ਹੈ ਮੇਰੇ ਫਾਦਰ ਨਾ ਬਿਮਾਰ ਹੁੰਦੇ ਤਾਂ ਮੈਂ ਇੱਕ ਹਫਤੇ ਲੈ ਕੇ ਦਿਖਾ ਦਿੰਦਾ ਜੀ ਤੇ ਕੋਈ ਤੁਮ ਕੀ ਦਿੱਤੀ ਕਿ ਇਸੇ ਤੁਹਾਨੂੰ ਇਹ ਮੰਦਾ ਚੰਗਾ ਜਾਂ ਬਤੀ ਸ਼ਬਦਾਵਲੀ ਕੋਈ ਵਰਤੀ ਗਈ ਸੀ ਮੈਡਮ ਮੇਰੇ ਨਾਲ ਉਹਨੇ ਮਤਲਬ ਫਿਰ ਵੀ ਚਲੋ ਟੱਚ ਵੁੱਡ ਹੈ ਉਹਨੇ ਮੇਰੇ ਨਾਲ ਕੋਈ ਬਤਮੀਜ਼ੀ ਨਹੀਂ ਕੀਤੀ ਕੋਈ ਕੁਝ ਨਹੀਂ ਕੀਤੀ ਠੀਕ ਹੈ ਜੀ ਜਦੋਂ ਹੱਦ ਪਾਰ ਹੋ ਗਈ ਸੀ ਟਾਲਮਟੋਲ ਦੀ ਫਿਰ ਉਹਨਾਂ ਨੇ ਕਿਹਾ ਮੈਂ ਕਿਹਾ ਮੈਂ ਭਈਆ ਪਰਚਾ ਦਰਜ ਕਰਵਾਣ ਲੱਗਾ ਹਾਂ ਮੇਰੇ ਕੋਲ ਹੋਰ ਕੋਈ ਹੱਲ ਨਹੀਂ ਜੀ ਲਾਸਟ ਉਹ ਦਿੱਲੀ ਦਾ ਚਲੋ ਮੈਂ ਕਹਿੰਦਾ ਕੀ ਨਾਮ ਕੀ ਇਹ ਵਿਅਕਤੀ ਦਾ ਮੈਡਮ ਉਸ ਮੁੰਡੇ ਦਾ ਨਾਮ ਹੈ ਮੋਹਨ ਜੀ ਉਹਦੀ 22-23 ਸਾਲ ਦੀ ਉਮਰ ਹੈ ਦਿੱਲੀ ਦੇ ਵਿੱਚ ਆ ਉਹ ਮੈਨੂੰ ਪੂਰਾ ਉਹ ਐਡਰੈਸ ਪਤਾ ਨਹੀਂ ਹੈਗਾ ਐਡਰੈਸ ਨਾ ਨਾ ਪਤਾ ਉਹਨਾਂ ਕਰਕੇ ਇਹ ਚੀਜ਼ ਹੈ ਉੱਤੋਂ ਸਭ ਤੋਂ ਵੱਡੀ ਗੱਲ ਉਹ ਕਹਿ ਰਿਹਾ ਕਿ ਭਈਆ ਮੈਂ ਤੁਹਾਡੇ ਪੈਸੇ ਨਹੀਂ ਕੀਤੇ ਦਾਂ ਠੀਕ ਹੈ ਸਭ ਤੋਂ ਪਹਿਲਾਂ ਉਹ ਕਹਿ ਰਿਹਾ ਕਿ ਭਈਆ ਮੈਂ ਅਕਾਊਂਟ ਨਹੀਂ ਚਲਾ ਰਿਹਾ ਸਭ ਤੋਂ ਪਹਿਲਾਂ ਝੂਠ ਜੇ ਉਹ ਅਕਾਊਂਟ ਨਹੀਂ ਚਲਾ ਰਿਹਾ ਉਹਦਾ ਏਟੀਐਮ ਉਹ ਤੇ ਦੋਸਤ ਕੋਲ ਕਿਵੇਂ ਗਿਆ ਜੀ ਠੀਕ ਹੈ ਜੀ ਏਟੀਐਮ ਉਹ ਤੇ ਦੋਸਤ ਕੋਲ ਚਲੇ ਗਿਆ ਉਹਦੇ ਕਿਸੇ ਨੂੰ ਮੈਸੇਜ ਤਾਂ ਆਉਂਦਾ ਨਹੀਂ ਜਿਹਦਾ ਅਕਾਊਂਟ ਹੈ ਉਹਨੂੰ ਮੈਸੇਜ ਆਊਗਾ ਉਹਦੇ ਦੋਸਤ ਨੂੰ ਕਿਵੇਂ ਪਤਾ ਲੱਗਿਆ ਹਾਂ ਵੀ ਅਜ ਅਕਾਊਂਟ 'ਚ ਪੈਸੇ ਆਇਆ ਕਢਵਾ ਲਵਾਂ ਜ ਜਦੋਂ ਪੈਸੇ ਗਏ ਨੇ ਉਦੋਂ ਉਧੇ ਘੰਟੇ ਬਾਅਦ ਪੈਸੇ ਨਿਕਲ ਗਏ ਜੀ ਠੀਕ ਹੈ ਜੀ ਉਦੋਂ ਉਸ ਤੋਂ ਬਾਅਦ ਫਿਰ ਅਗਲਾ ਝੂਠ ਠੀਕ ਹੈ ਜੀ ਭਈਆ ਕੀ ਮਤਲਬ ਮੈਂ ਦੇ ਰਿਹਾ ਹਾਂ ਦੇ ਰਿਹਾ ਹਾਂ ਦੇ ਰਿਹਾ ਚਲੋ ਉਹ ਵੀ ਝੂਠ ਸਭ ਤੋਂ ਵੱਡੀ ਇਹਦੇ ਚ ਦੇਖਣ ਵਾਲੀ ਇਹ ਚੀਜ਼ ਹੈ ਜਿਹੜੇ ਮੁੰਡੇ ਦਾ ਅਕਾਊਂਟ ਹੋਲਡਰ ਹੈ ਉਹਦਾ ਸਾਈਬਰ ਕੈਫੇ ਹੈ ਜੀ ਮਤਲਬ ਇਹ ਚੀਜ਼ ਕਹਿ ਸਕਦੇ ਆ ਕਿ ਜਿੰਨੇ ਸਾਈਬਰ ਕੈਫੇ ਵਾਲੇ ਨੇ ਸਾਰਿਆਂ ਨੂੰ ਨਹੀਂ ਮੈਂ ਬਲੀਵ ਕਰ ਰਿਹਾ ਉਹਨਾਂ ਤੋਂ ਸਾਵਧਾਨ ਰਹੋ ਉਹਨਾਂ ਦੇ ਕੋਲੋਂ ਸਾਵਧਾਨ ਰਿਹਾ ਜਾਵੇ ਜੀ ਦੂਜੀ ਗੱਲ ਇਹ ਵੀ ਪੁੱਛਣਾ ਚਾਹੂੰਗੀ ਮੈਂ ਤੁਹਾਨੂੰ ਕਿ ਪ੍ਰਸ਼ਾਸਨ ਨੇ ਕੋਈ ਤੁਹਾਡੀ ਮਦਦ ਨਹੀਂ ਕੀਤੀ ਕਿਸ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਕੀ ਕਹਿਣਾ ਚਾਹੂੰ ਮੈਡਮ ਪ੍ਰਸ਼ਾਸਨ ਦੇ ਕੋਲ ਸਿਰਫ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਬੈਂਕ ਮਾਧਿਅਮ ਦੇ ਕੋਲ ਵੀ ਇੱਕ ਬੇਨਤੀ ਹੈ ਕਿ ਜਦੋਂ ਕੋਈ ਵੀ ਠੱਗੀ ਦਾ ਸ਼ਿਕਾਰ ਹੋਵੇ ਬਿਨਾਂ ਦੇਖੇ ਜਿਹਦੇ ਅਕਾਊਂਟ 'ਚ ਪੈਸੇ ਗਏ ਨੇ ਉਹਦਾ ਅਕਾਊਂਟ ਸੀਜ਼ ਕੀਤਾ ਜਾਵੇ ਜੀ ਬਿਨਾ ਕਾਊਂਟ ਸੀਜ਼ ਕੀਤੇ ਆਪਸ਼ਨ ਨਹੀਂ ਹੈਗੀ ਠੀਕ ਹੈ ਜੀ ਮੈਨੂੰ ਬੈਂਕ ਵਾਲਾ ਨੇ ਵੀ ਸਾਫ਼ ਕਰਤਾ ਸੀ ਸਰ ਅਸੀਂ ਦੂਸਰੇ ਬੰਦੇ ਦੀ ਡਿਟੇਲ ਨਹੀਂ ਦੇ ਸਕਦੇ ਜਦੋਂ ਮੈਂ ਬੈਂਕ ਵੀ ਜਾ ਕੇ ਕਿਹਾ ਕਿ ਮੇਰੇ ਨਾਲ ਠੱਗੀ ਹੋਈ ਹੈ ਬੈਂਕ ਵਾਲੇ ਜੀ ਕਹਿੰਦੇ ਸਰ ਅਸੀਂ ਕੁਝ ਨਹੀਂ ਕਰ ਸਕਦੇ ਜੇ ਮੰਨ ਲਓ ਇਦਾਂ ਮੇਰੇ ਨਾਲ ਹੋਇਆ ਕਹਿੰਦੇ ਬੈਂਕ ਦੇ ਕਿਸੇ ਪ੍ਰਸ਼ਾਸਨ ਨਾਲ ਹੋਇਆ ਹੋਵੇ ਫਿਰ ਬੈਂਕਾਂ ਲਈ ਕੀ ਕਰਨਗੇ ਸੋ ਇਹ ਗਲਬਤ ਕੀਤੀ ਸੀ 모ਹਿਦ ਦੇ ਨਾਲ ਜੋ ਕਿ ਇੱਕ ਫੈਕਟਰੀ ਚਲਾਉਂਦੇ ਨੇ ਔਰ ਇਹਨਾਂ ਦੇ ਨਾਲ ਹੈ ਜਿਹੜੀ ਕਿ ਇੰਸ਼ੋਰੈਂਸ ਦੇ ਨਾਮ ਤੇ 26000 ਕੁਛ ਦੀ ਠੱਗੀ ਜਿਹੜੀ ਕਿ ਇਹਨਾਂ ਦੇ ਨਾਲ ਹੋ ਜਾਂਦੀ ਹੈ ਸੋ ਜਦੋਂ ਇਹ ਸਾਈਬਰ ਕਰਾਇਮ ਆਇਆ ਸੀ ਉੱਥੇ ਅਸੀਂ ਉਹਨਾਂ ਨਾਲ ਗਲਬਤ ਕੀਤੀ ਸੀ ਤੇ ਇਹਨਾਂ ਨੇ ਉੱਥੇ ਕਿਹਾ ਸੀ ਕਿ ਮਾਮ ਮੈਂ ਇੱਕ ਹਫਤੇ ਦੇ ਵਿੱਚ ਆਪਣੀ ਹੱਕ ਦੀ ਆਪਣੀ ਮਿਹਨਤ ਦੀ ਕਮਾਈ ਵਾਪਸ ਲਿਆ ਕੇ ਦਿਖਾਵਾਂਗਾ ਔਰ ਤੁਹਾਨੂੰ ਦੱਸਦੀ ਇਹ ਕਿ 모ਹਿਦ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ ਤੇ ਅੱਜ ਜਿਹੜੇ 모ਹਿਦ ਦੇ ਪੈਸੇ ਉਹਨਾਂ ਨੂੰ ਵਾਪਸ ਅਕਾਊਂਟ ਦੇ ਵਿੱਚ ਆ ਗਏ ਕਿਸ ਤਰ੍ਹਾਂ ਦਾ ਕੋਈ ਪ੍ਰੂਫ ਕਾ ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਗਏ ਨੇ ਪ੍ਰੂਫ ਆ ਗਿਆ ਮੈਂ ਪਾਈ ਸੀ 25980 ਜੀ ਠੀਕ ਹੈ ਜੀ ਮੈਨੂੰ ਆਏ ਨੇ 25980 ਰੁਪਏ ਹਲੇ ਵੀ ਰਹਿ ਗਏ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਉਹਨੂੰ 980 ਦਾ ਫਿਰ ਮੈਂ ਮੈਸੇਜ ਪਾਤਾ ਉਹ ਕਹਿੰਦਾ ਭਈਆ ਤੁਹਾਨੂੰ 980 ਵੀ ਵਾਪਸ ਕਰੂੰਗਾ ਮਤਲਬ ਪਿੱਛਾ ਨਾ ਛੱਡੋ ਤਾਂ ਪੈਸੇ ਵਾਪਸ ਆਣਗੇ ਜੇ ਤੁਸੀਂ ਪਿੱਛਾ ਛੱਡਤਾ ਤਾਂ ਪੈਸੇ ਨਹੀਂ ਤੁਹਾਡੇ ਵਾਪਸ ਆਣਗੇ ਜੀ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ 25980 ਰੁਪਏ ਪਾਏ ਜਾਂਦੇ ਨੇ 22 ਸਤੰਬਰ ਨੂੰ ਔਰ ਅੱਜ ਜਿਹੜੀ ਕਿ 29 ਤਰੀਕ ਹੋ ਗਈ ਹੈ ਔਰ 29 ਤਰੀਕ ਤੱਕ ਇਹਨਾਂ ਦੇ ਪੈਸੇ ਜਿਹੜੇ ਕਿ ਵਾਪਸ ਆ ਚੁੱਕੇ ਨੇ ਸੋ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦੇ ਨਾਲ ਜਿਹੜਾ ਫਰਾਡ ਹੋਇਆ ਸੀ ਇਹਨਾਂ ਨੇ ਪਿੱਛਾ ਨਹੀਂ ਛੱਡਿਆ ਔਰ ਡਿਟੇਲ ਕਢਵਾਈ ਕਿਸੇ ਆਪਣੇ ਸੋਰਸਸ ਜਰੀ ਆਪਣੇ ਮਾਧਿਅਮ ਜਰੀਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਅਮਾਉਂਟ ਹੈ ਜਿਹੜੀ ਕਿ ਵਾਪਸ ਆ ਗਈ ਹੈ ਮੈਡਮ ਮੰਨ ਲਓ 25000 ਰੁਪਏ ਦੀ ਅਮਾਉਂਟ ਹੈ ਪਹਿਲਾਂ ਉਹਨੇ 1 ਰੁਪਿਆ ਪਾਇਆ ਫਿਰ 24999 ਜੀ ਜੀ ਕ੍ਰੈਡਿਟਿ ਰਿਆ ਜੀ ਇਹ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਕਿ 24999 ਰੁਪਏ ਅਕਾਊਂਟ ਦੇ ਵਿੱਚ ਆਏ ਹੋਏ ਨਹੀਂ ਯਾਨੀ ਕਿ ਇਹਨਾਂ ਦੇ ਜਿਹੜੇ ਪੈਸੇ ਇਹਨਾਂ ਕੋਲ ਠੱਗੇ ਗਏ ਸੀ ਉਹ ਪੈਸੇ ਇਹਨਾਂ ਦੇ ਵਾਪਸ ਇਹਨਾਂ ਦੇ ਅਕਾਊਂਟ ਦੇ ਵਿੱਚ ਉਸ ਫਰਾਡ ਵਾਲੇ ਬੰਦੇ ਨੇ ਪਾਏ ਨਹੀਂ ਪਰ ਸਵਾਲ ਤਾਂ ਹੀ ਉੱਠਦਾ ਹੈ ਕਿ ਆਖਿਰਕਾਰ ਸਾਈਬਰ ਕ੍ਰਾਈਮ ਲੁਧਿਆਣਾ ਦੇ ਵੱਲੋਂ ਹੀ ਇਸ ਚੀਜ਼ ਨੂੰ ਲੈ ਕੇ ਪੈਲ ਕਿਉਂ ਨਹੀਂ ਕੀਤੀ ਗਈ ਆਖਿਰਕਾਰ ਉਹਨਾਂ ਦੇ ਕੋਲ ਐਡੇ ਵੱਡੇ ਵੱਡੇ ਦਿਮਾਗ ਨੇ ਐਡੀਆਂ ਪਾਵਰਸ ਨੇ ਉਹਨਾਂ ਦੇ ਕੋਲ ਤੇ ਜੇਕਰ ਲੋਕਾਂ ਦੇ ਹੱਕ ਦੀ ਮਿਹਨਤ ਦੀ ਕਮਾਈ ਕਿਸ ਤਰ੍ਹਾਂ ਕੋ ਠੱਗੀ ਜਾਂਦੀ ਹੈ ਕੋ ਠੱਗ ਠੱਗ ਹਾਂ ਦਾ ਤੇ ਉਹ ਵਾਪਸ ਕਰਵਾਉਣ ਦੇ ਵਿੱਚ ਉਹ ناکਾਮਯਾਬੀਆਂ ਅਸਫਲ ਸਾਬਿਤ ਕਿਉਂ ਹੋ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਦੱਸ ਦਈਏ ਕਿ ਇੱਕ ਲਾਸਟ ਤੁਹਾਨੂੰ ਇਹ ਗੱਲ ਕਹਿਣਾ ਚਾਹੂੰਗੀ ਮੋਹਿ ਜੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਲੋਕ ਅਜਿਹਾ ਕਰਨ ਉਹਨਾਂ ਦਾ ਪੈਸੇ ਵਾਪਸ ਕਰਨ ਦੇ ਲਈ ਲੋਕ ਵੀ ਸ਼ੁਰੂ ਹੋ ਜਾਣਗੇ ਉਹਨਾਂ ਨੂੰ ਕਾਲਾਂ ਕਰਨੀਆਂ ਫੋਨ ਕਰਨੀਆਂ ਕਿਸ ਚੀਜ਼ ਤੋਂ ਸਾਵਧਾਨੀ ਵਰਤਣੀ ਚਾਹੀਦੀ ਹੈ ਮੈਡਮ ਸਭ ਤੋਂ ਪਹਿਲੀ ਗੱਲ ਇਹ ਚੀਜ਼ ਹੈ ਮੈਨੂੰ ਕੋਈ ਦਿੱਕਤ ਨਹੀਂ ਆਈ ਸਿਰਫ ਮੇਰੀ ਆਪਣੀ ਮਿਹਨਤ ਲੱਗੀ ਜੇ ਮਿਹਨਤ ਕਰੋਗੇ ਤਾਂ ਪੈਸੇ ਵਾਪਸ ਆਣਗੇ ਨਹੀਂ ਤਾਂ ਨਹੀਂ ਆਣਗੇ ਆ ਦੇਖੋ ਹੁਣ ਮੈਂ ਲਾਸਟ ਉਹਨਾਂ ਨੂੰ ਮੈਸੇਜ ਵੀ ਪਾਇਆ ਮੋਹਨ ਨੂੰ 25980 ਰੁਪਏ ਟੋਟਲ ਸੀਗੇ ਤੁਹਾਡੇ ਤੋਂ ਮੈਨੂੰ ਲੱਗਦਾ 25000 ਦੇ ਲਗਭਗ ਅਮਾਉਂਟ ਸੇ ਅਮਾਉਂਟ ਛੋਟੀ ਹੋਣ ਦੇ ਕਾਰਨ ਉਹਨਾਂ ਨੇ ਵਾਪਸ ਕਰਤੀ ਜਿਨ੍ਹਾਂ ਦੇ 5 5 10 10 ਲੱਖ ਰੁਪਏ 3 3 ਲੱਖ ਰੁਪਏ ਠੱਗੇ ਗਏ ਆ ਕਿ ਲੱਗਦਾ ਕਿ ਉਹਨਾਂ ਦੇ ਪੈਸੇ ਵਾਪਸ ਆ ਸਕਦੇ ਨੇ ਮੈਡਮ ਸਾਰਾ ਕੁਝ ਬੈਂਕ ਦੇ ਮਾਧਿਅਮ ਨਾਲ ਜਾਂਦਾ ਹੈ ਜੀ ਠੀਕ ਹੈ ਜੇ ਬੈਂਕ ਵਾਲੇ ਚਾਹਣ ਤਾਂ ਸਾਰਾ ਕੁਝ ਆ ਸਕਦਾ ਹੈ ਜੀ ਠੀਕ ਹੈ ਜੀ ਜੇ ਬੈਂਕ ਵਾਲੇ ਨਾ ਠੀਕ ਹੈ ਜੀ ਮੇਰੇ ਕੋਲ ਉਹਨਾਂ ਦੀ ਆ ਡਿਟੇਲ ਹੈ ਸ਼ਾਇਦ ਤੁਹਾਨੂੰ ਵੀ ਕਵਰ ਹੋਵੇ ਹਲੋ ਠੀਕ ਹੈ ਜੀ ਜੀ 90000 ਰੁਪਿਆ ਉਹਦੇ ਅਕਾਊਂਟ ਚ ਆਇਆ ਹੋਇਆ ਹੈ ਹਰਾਨੇ ਵਾਲੀ ਗੱਲ ਹੈ ਕਿ ਸਿਰਫ ਇੱਕ ਵਿਅਕਤੀ ਤੋਂ ਨਹੀਂ ਬਹੁਤ سارے ਲੋਕਾਂ ਤੋਂ ਠੱਗੀ ਜਿਹੜੀ ਕਿ ਇਹਨਾਂ ਨੇ ਕੀਤੀ ਸੀ ਔਰ ਪਾਥਵੇ ਇੰਸ਼ੋਰੈਂਸ ਕੰਪਨੀ ਸੀ ਜੀ ਪਾਥਵੇ ਇੰਸ਼ੋਰੈਂਸ ਕੰਪਨੀ ਸੀ ਜਿਨਾਂ ਨੇ ਇਹਨਾਂ ਦੇ ਨਾਲ ਠੱਗੀ ਕੀਤੀ ਹੈ ਔਰ ਉਸ ਅਕਾਊਂਟ ਦੇ ਵਿੱਚ ਕੱਲੇ 모ਹਿਤ ਨੇ ਪੈਸੇ ਨਹੀਂ ਪਾਏ ਬਹੁਤ ਲੋਕਾਂ ਨੇ ਹੋਰ ਪੈਸੇ ਪਾਏ ਹੋ ਸੀ ਔਰ 90000 ਦੀ ਜਿਹੜੀ ਕਿ ਠੱਗੀ ਉਸ ਦਰਮਿਆਨ ਉਸ ਦਰਮਿਆਨ ਦੀ ਸਟੇਟਮੈਂਟ ਦੇ ਵਿੱਚ ਬੋਲਦੀ ਪਈ ਸੀ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਇਹ ਖਬਰ ਤੁਹਾਨੂੰ ਕਿਹੋ ਜਿਹੀ ਲੱਗੀ ਤੇ 모ਹਿਤ ਜਿਹੜਾ ਆਪਣੇ ਪੈਸੇ ਬਚਾਉਣ ਦੇ ਲਈ ਤਾਲਾ ਕੀਤਾ ਉਹ ਕਿਹੋ ਜਿਹਾ ਲੱਗਿਆ ਅਤੇ ਜੇਕਰ ਚੰਗੀ ਲੱਗਦੀ ਹੈ ਚਾਹੁੰਦੇ ਹੋ ਕਿ ਪ੍ਰਸ਼ਾਸਨ ਵੀ ਜਾਗੇ ਇਸ ਕਬੜ ਨੂੰ ਸੁਣ ਕੇ ਤਾਂ ਸਾਨੂੰ ਪਲੀਜ਼ ਸ਼ੇਅਰ ਕਰ ਦੇਣਾ